ਸਸ਼ਕਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰੋਜ਼ਗਾਰ ਪੰਜਾਬ ਤੇ ਬੱਚੇ ਅੱਜ ਆਪਾਂ ਇੱਕ ਇਹੋ ਜਿਹਾ ਪੇਪਰ ਬਾਰੇ ਡਿਸਕਸ ਕਰਨ ਲੱਗੀਆਂ ਜਿਹਦੀ ਵੇੜ ਪੰਜਾਬ ਦਾ ਹਰ ਇੱਕ ਸੀਰੀਅਸ ਐਸਪੀਰੈਂਟ ਕਰ ਰਿਹਾ ਹੁਣ ਤੱਕ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਪੀਸੀਐਸ ਦੀ ਬੱਚੇ ਹੁਣ ਮੈਂ ਇੱਥੇ ਆ ਨਿਊਜ਼ ਲੈ ਕੇ ਨਹੀਂ ਆਏ ਕਿ ਸਾਡੇ ਨਾ ਬਹੁਤ ক্লোਜ਼ ਸੋਰਸਸ ਤੋਂ ਸਾਨੂੰ ਪਤਾ ਚੱਲਿਆ ਹੈ ਕਿ ਪੇਪਰ ਆਉਣ ਵਾਲਾ ਹੈ ਬਿਕੋਜ਼ ਪੇਪਰ ਜਦੋਂ ਆਏਗਾ ਤੇ ਐਂ ਪੇਪਰ ਕਦੋਂ ਆਉਣਾ ਇਹ ਕਿਸੇ ਨੂੰ ਨਹੀਂ ਪਤਾ ਠੀਕ ਹੈ ਨਾ ਬਿਕੋਜ਼ ਪੇਪਰ ਉਦੋਂ ਹੀ ਲਿਆ ਜਾਊਗਾ ਜਦੋਂ ਗਵਰਨਮੈਂਟ ਵੱਲੋਂ ਪੀਪੀਐਸਸੀ ਨੂੰ ਰਿਕੁਐਸਟ ਭੇਜੀ ਜਾਏਗੀ ਠੀਕ ਹੈ ਨਾ ਉਹ ਆਪਣੀ ਰਿਕੁਐਸਟ ਦੇਣਗੇ ਕਿ ਸਾਨੂੰ ਆਫੀਸਰਸ ਦੀ ਜ਼ਰੂਰਤ ਹੈ ਤਾਂ ਹੀ ਪੀਪੀਐਸਸੀ ਪੇਪਰ ਕੰਡਕਟ ਕਰਦਾ ਹੈ ਸੋ ਇਹਦੇ ਬਾਰੇ ਤਾਂ ਸਿਰਫ ਪੀਪੀਐਸਸੀ ਨੂੰ ਪਤਾ ਹੈ ਜਾਂ ਫਿਰ ਸਟੇਟ ਗਵਰਨਮੈਂਟ ਨੂੰ ਪਤਾ ਹੈ ਠੀਕ ਹੈ ਜੀ ਪੰਜਾਬ ਦਾ ਪੇਪਰ ਪੰਜਾਬ ਪੀਸੀਐਸ ਨੂੰ ਕੰਡਕਟ ਹੋਏ ਨੂੰ 3 ਸਾਲ ਹੋ ਚੁੱਕੇ ਨੇ ਲਾਸਟ ਪੇਪਰ 2021 ਦੇ ਵਿੱਚ ਕੰਡਕਟ ਹੋਇਆ ਸੀ ਤੇ ਹੁਣ 24 ਚੱਲ ਰਿਹਾ ਹੈ ਤੇ 3 ਸਾਲ ਹੋ ਚੁੱਕੇ ਨੇ ਸੋ ਇਟ ਇਜ਼ ਹਾਈ ਟਾਈਮ ਕਿ ਪੰਜਾਬ ਪੀਸੀਐਸ ਕਿਸੇ ਵੀ ਟਾਈਮ ਆ ਸਕਦਾ ਹੈ ਹੁਣ ਆਪਾਂ ਆ ਨਹੀਂ ਕਹਿੰਦੇ ਕਿ ਪੰਜਾਬ ਪੀਸੀਐਸ ਇੱਕ ਮਹੀਨੇ ਬਾਅਦ ਚ ਨੋਟੀਫਿਕੇਸ਼ਨ ਆਉਣ ਵਾਲੀ ਹੈ ਜਾਂ 15 ਦਿਨ ਬਾਅਦ ਆਏਗੀ ਜਾਂ 2 ਮਹੀਨੇ ਬਾਅਦ ਆਏਗੀ ਬਟ ਦ ਥਿੰਗ ਇਜ਼ ਕਿ ਪੰਜਾਬ ਪੀਸੀਐਸ ਨੀਅਰ ਫਿਊਚਰ ਚ ਡੈਫੀਨਿਟਲੀ ਆਏਗਾ ਬਿਕੋਜ਼ ਰਿਟਾਇਰਮੈਂਟਸ ਹੁੰਦੀਆਂ ਨੇ ਠੀਕ ਹੈ ਜੀ ਐਂਡ ਵੈਰੀ ਰੀਸੈਂਟਲੀ ਜਿਹੜੀ ਆਪਣੀਆਂ ਜਿਵੇਂ ਆਪਣੇ ਜਿਹੜੇ ਦੀ ਪ੍ਰੋਮੋਸ਼ਨ ਹੁੰਦੀ ਹੈ ਇਨਟੂ ਪੀਸੀਸ ਆਫੀਸਰਸ ਉਹਦਾ ਪੇਪਰ ਲਿਆ ਗਿਆ ਹੈ ਠੀਕ ਹੈ ਨਾ ਸੋ ਕਿਤੇ ਨਾ ਕਿਤੇ ਗਵਰਨਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ ਪੀਸੀਸ ਆਫੀਸਰਸ ਨੂੰ ਰਿਕਰੂਟ ਕਰਨ ਦੀ ਸੋ ਵੀ ਕੈਨ ਐਕਸਪੈਕਟ ਕਿ ਪੰਜਾਬ ਪੀਸੀਸ ਬਹੁਤ ਜਲਦੀ ਆਉਣ ਵਾਲਾ ਹੈ ਸੋ ਲੈਟਸ ਸੀ ਪੇਪਰ ਆਪਣਾ ਕਦੋਂ ਆਉਂਦਾ ਬਟ ਉਹਦੇ ਲਈ ਜ਼ਰੂਰੀ ਹੈ ਕਿ ਆਪਾਂ ਨੂੰ ਤਿਆਰੀ ਕਰਨ ਦੀ ਜ਼ਰੂਰੀ ਹੈ ਐਂਡ ਤਿਆਰੀ ਰੱਖਣ ਦੀ ਵੀ ਜ਼ਰੂਰਤ ਹੈ ਕਿ ਹਾਂਜੀ ਵੀ ਸ਼ੁੱਡ ਬੀ ਮੈਂਟਲੀ ਪ੍ਰਿਪੇਅਰਡ ਕਿ ਪੇਪਰ ਬਹੁਤ ਜਲਦੀ ਆਉਣ ਵਾਲਾ ਹੈ ਠੀਕ ਹੈ ਜੀ ਸੋ ਅਜਾ ਜੇ ਅਪਾ ਪੀਸੀਸ ਬਾਰੇ ਗੱਲ ਕਰੀਏ ਸੋ ਜਿਹੜੇ ਸਟੂਡੈਂਟਸ ਪਹਿਲੀ ਵਾਰ ਆਪਣੀ ਆਹ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੂੰ ਪੀਸੀਸ ਬਾਰੇ ਨਹੀਂ ਪਤਾ ਤਾਂ ਮੈਂ ਤੁਹਾਨੂੰ ਦੱਸ ਦੇ ਕਿ ਪੰਜਾਬ ਪੀਸੀਸ ਐਡਮਿਨਿਸਟ੍ਰੇਟਿਵ ਇਗਜ਼ਾਮ ਹੈ ਜੋ ਕਿ ਪੀਪੀਐਸਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਕੰਡਕਟ ਕਰਦਾ ਹੈ ਨਾ ਇਹ ਪੀਪੀਐਸਸੀ ਇਹ ਇੱਕ ਸਟੈਚੂਟਰੀ ਬਾਡੀ ਹੈ ਕਨਸਟੀਟਿਊਸ਼ਨ ਆਫ ਇੰਡੀਆ ਦੇ ਅੰਡਰ ਠੀਕ ਹੈ ਜੀ ਐਂਡ ਇਹੀ ਉਹ ਆਰਗੇਨਾਈਜੇਸ਼ਨ ਹੈ ਇਹੀ ਉਹ ਬਾਡੀ ਹੈ ਠੀਕ ਹੈ ਜੀ ਜਿਹਦੇ ਅੰਡਰ ਐਸਡੀਐਮ ਦਾ ਜੀ ਪੋਸਟ ਠੀਕ ਹੈ ਨਾ ਡੀਐਸਪੀ ਈਟੀਓ ਡੀਐਸਪੀ ਜੇਲ੍ਹ ਤਹਿਸੀਲਦਾਰ ਵਰਗ ਠੀਕ ਹੈ ਜੀ ਹੁਣ ਆਹ ਕਹਿਣਾ ਕਿ ਹਾਂਜੀ ਕਿ ਪੇਪਰ ਕਦੋਂ ਆਏਗਾ ਸੋ ਆਪਾਂ ਥੋੜੇ ਜਿ ਹਿੰਟ ਵੀ ਮਿਲ ਜਾਂਦੇ ਨੇ ਕਿਉਂਕਿ ਪਿਛਲੇ ਕਾਫੀ ਟਾਈਮ ਤੋਂ ਪੰਜਾਬ ਪੀਸੀਐਸ ਦੇ ਚੇਅਰਮੈਨ ਦੀ ਪੋਸਟ ਖਾਲੀ ਸੀਗੀ ਸੋ ਇਸੇ ਸਾਲ ਜਨਵਰੀ ਦੇ ਵਿੱਚ ਪੰਜਾਬ ਪੀਪੀਐਸਸੀ ਦੇ ਜਿਹੜੇ ਚੇਅਰਮੈਨ ਨੇ ਉਹ ਅਪਾਇੰਟ ਕੀਤੇ ਗਏ ਨੇ ਠੀਕ ਹੈ ਨਾ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਮੈਂਬਰਸ ਅਪਾਇੰਟ ਕੀਤੇ ਗਏ ਸੀ ਇੱਕ ਹੋਰ ਬਹੁਤ ਇੰਪੋਰਟੈਂਟ ਨਿਊਜ਼ ਹੈ ਕਿ ਲਾਸਟ ਈਅਰ SC ST ਜਿਹੜੇ BC ਮਾਈਨੋਰਟੀ ਦੇ ਸਟੂਡੈਂਟਸ ਨੇ ਠੀਕ ਹੈ ਨਾ ਉਹਨਾਂ ਨੂੰ ਪੰਜਾਬ ਗਵਰਨਮੈਂਟ ਵੱਲੋਂ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ PPCS ਲਈ ਹੁਣ ਜੇ ਆਪਣੀ ਸਰਕਾਰ ਸਟੂਡੈਂਟਸ ਨੂੰ PCS ਦੀ ਤਿਆਰੀ ਕਰਵਾਉਣ ਲਈ ਫ੍ਰੀ ਟ੍ਰੇਨਿੰਗ ਦੇ ਰਹੇ ਨੇ ਸੋ ਦੇ ਆਰ ਗਿਵਿੰਗ ਕਲਾਸਿਸ ਟੂ ਦ ਸਟੂਡੈਂਟਸ ਇਹਦਾ ਮਤਲਬ ਹੈ ਕਿ ਨੀਅਰ ਫਿਊਚਰ ਦੇ ਵਿੱਚ ਪੰਜਾਬ ਪੀਸੀਐਸ ਆਏਗਾ ਠੀਕ ਹੈ ਨਾ ਬਟ ਐਦਾਂ ਦੇ ਅਨੁਮਾਨ ਲਗਾਉਣਾ ਕਿ ਪੇਪਰ 15 ਦਿਨਾਂ ਚ ਆਉਣ ਵਾਲੇ ਆ ਪੇਪਰ 20 ਦਿਨਾਂ ਚ ਆਉਣ ਵਾਲੇ ਉਹ ਚੀਜ਼ ਗਲਤ ਹੈ ਕਿਉਂਕਿ ਉਹ ਕਿਸੇ ਨੂੰ ਵੀ ਨਹੀਂ ਪਤਾ ਐਕਸੈਪਟ ਦੀ ਚੇਅਰਮੈਨ ਐਂਡ ਦੀ ਮੈਂਬਰਸ ਆਫ ਦੀ ਪੀਸੀਐਸ ਐਂਡ ਦੀ ਸਟੇਟ ਗਵਰਨਮੈਂਟ ਜਿਨ੍ਹਾਂ ਨੇ ਆਪਣੀ ਰਿਕੁਐਸਟ ਪੀਸੀਐਸ ਨੂੰ ਭੇਜਣੀ ਹੈ ਠੀਕ ਹੈ ਜੀ ਹੁਣ ਇਹ ਉਹ ਐਗਜ਼ਾਮਸ ਨੇ ਜੋ ਕਿ ਇਸੇ ਸਾਲ ਫੈ ਬੌਨਵਰਡਸ ਗਵਰਨਮੈਂਟ ਲੈ ਰਹੀ ਕਿਉਂਕਿ ਪਿਛਲੇ ਸਾਲ ਜੇ ਆਪਾਂ ਗੱਲ ਕਰੀ 2023 ਦੇ ਵਿੱਚ ਬਹੁਤ ਸਾਰੇ ਐਗਜ਼ਾਮਸ ਪੋਸਟਪੋਨ ਹੋ ਕਿਤੇ ਗਏ ਸੀ ਕਿਉਂਕਿ ਪੀਪੀਐਸਸੀ ਦੇ ਮੈਂਬਰਸ ਦੀ ਅਪੁਆਇੰਟਮੈਂਟ ਨਹੀਂ ਹੋਈ ਸੀ ਕਿ ਪੀਪੀਐਸਸੀ ਦੇ ਚੇਅਰਮੈਨ ਦੀ ਅਪੁਆਇੰਟਮੈਂਟ ਨਹੀਂ ਹੋਈ ਹੋਈ ਸੀਗੀ ਬਟ ਇਸ ਸਾਲ ਜਦੋਂ ਸਾਰੇ ਮੈਂਬਰਸ ਉਹਨਾਂ ਨੇ ਅਪੁਆਇੰਟਮੈਂਟ ਕਰ ਲੈ ਲਈ ਹੈ ਠੀਕ ਹੈ ਜੀ ਚੇਅਰਮੈਨ ਦੀ ਅਪੁਆਇੰਟਮੈਂਟ ਕਰ ਲਈ ਹੈ ਸੋ ਇਸੇ ਸਾਲ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਫੈਬ ਤੋਂ ਅਵਰਡ ਪੀਸੀਐਸ ਪੀਪੀਐਸਸੀ ਦੇ ਅੰਡਰ ਬਹੁਤ ਸਾਰੇ ਜਿਹੜੇ ਆਪਣੇ ਐਗਜ਼ਾਮਸ ਨੇ ਮਲਟੀਪਲ ਕੈਟੇਗਰੀ ਆਫ ਐਗਜ਼ਾਮਸ ਲੈਣ ਦੀ ਹੈ ਪੀਪੀਐਸਸੀ ਠੀਕ ਹੈ ਨਾ ਸੋ ਉਹਦੇ ਬਹੁਤ ਸਾਰੇ ਐਗਜ਼ਾਮਸ ਹੋ ਰਹੇ ਨੇ ਠੀਕ ਹੈ ਨਾ ਜੂਨ ਜੁਲਾਈ ਦੇ ਵਿੱਚ ਵੀ ਬਹੁਤ ਸਾਰੇ ਐਗਜ਼ਾਮਸ ਹੋ ਰਹੇ ਨੇ ਤਾਂ ਐਂਡ ਗਵਰਨਮੈਂਟ ਏਮਪਲੋਈ ਜਿਨ੍ਹਾਂ ਨੂੰ ਕਿ ਪੀਸੀਐਸ ਦੀ ਰੈਂਕ ਟਿਕਰ ਪ੍ਰੋਮੋਟ ਕੀਤਾ ਜਾਂਦਾ ਉਹਦਾ ਵੀ ਪੇਪਰ ਹੁਣੀ ਹਾਲ ਵੈਰੀ ਰੀਸੈਂਟਲੀ ਹੋ ਕੇ ਹਟਿਆ ਤੋਂ ਵੀ ਸ਼ੁੱਡ ਬੀ ਪ੍ਰਿਪੇਅਰਿੰਗ ਆਰਸੈਲਸ ਕਿ ਹਾਂਜੀ ਪੇਪਰ ਨੀਅਰ ਫਿਊਚਰ ਦੇ ਵਿੱਚ ਕਿਸੇ ਵੀ ਟਾਈਮ ਉਹਦੀ ਨੋਟੀਫਿਕੇਸ਼ਨ ਆਊਟ ਹੋ ਸਕਦੀ ਹੈ ਠੀਕ ਹੈ ਜੀ ਸੋ ਹੁਣ ਗੱਲ ਇੰਪੋਰਟੈਂਟ ਇੱਥੇ ਹੈ ਕਿ ਇਜ਼ ਇਟ ਪੋਸੀਬਲ ਟੂ ਪ੍ਰੀਪੇਅਰ ਪੀਪੀਐਸਸੀ ਔਰ ਪੀਸੀਐਸ ਵਿਦਿਨ 3 ਮੰਥਸ ਠੀਕ ਹੈ ਨਾ ਕਿਉਂਕਿ ਜਨਰਲੀ ਜੇ ਆਪਾਂ ਦੇਖੀਏ ਤਾਂ ਜਦੋਂ ਨੋਟੀਫਿਕੇਸ਼ਨ ਆਉਂਦੀ ਹੈ ਪੀਸੀਐਸ ਦੀ ਤੇ ਟਿਲ ਦੀ ਡੇਟ ਆਫ ਯਰ ਪ੍ਰੀਲੈਂਸ ਠੀਕ ਹੈ ਨਾ ਪ੍ਰੀਲੈਂਸ ਦੇ ਪੇਪਰ ਦੇ ਨੋਟੀਫਿਕੇਸ਼ਨ ਦੀ ਡੇਟ ਦੇ ਵਿੱਚ 2.5 ਤੋਂ 3 ਮਹੀਨਾ ਡਿਫਰੈਂਸ ਹੁੰਦਾ ਠੀਕ ਹੈ ਨਾ ਇੰਨਾ ਫਰਕ ਹੁੰਦਾ ਹੈ ਕਿ ਗਵਰਨਮੈਂਟ ਤੁਹਾਨੂੰ ਜਿਹੜੀ ਪੀਸੀਐਸ ਔਰ ਪੀਪੀਐਸਸੀ ਆਰਗੇਨਾਈਜੇਸ਼ਨ ਹੈ ਤੁਹਾਨੂੰ ਇੰਨਾ ਟਾਈਮ ਦਿੰਦੀ ਹੈ ਪ੍ਰੀਪੇਅਰ ਕਰਨ ਲਈ ਆਪਣੀ ਯੂ ਇਟਸ ਪੋਸੀਬਲ ਕਿ ਤੁਸੀਂ ਜਦੋਂ ਨੋਟੀਫਿਕੇਸ਼ਨ ਆਏ ਤੁਸੀਂ ਉਦੋਂ ਹੀ ਪੜਨਾ ਸ਼ੁਰੂ ਕਰੋਗੇ ਠੀਕ ਹੈ ਨਾ ਸੋ ਦ ਆਨਸਰ ਇਜ਼ ਵੈਰੀ ਕਲੀਅਰ ਨੋ ਇਹ ਪੋਸੀਬਲ ਨਹੀਂ ਹੈ ਬਿਕੋਜ਼ ਕਨਸਿਡਰਿੰਗ ਦ ਸਿਲੇਬਸ ਆਫ ਦ ਪੇਪਰ ਠੀਕ ਹੈ ਨਾ ਕਨਸਿਡਰਿੰਗ ਦ ਐਕਸਟੈਂਟ ਆਫ ਦ ਸਿਲੇਬਸ ਆਫ ਦ ਪੇਪਰ ਇਹ ਪੋਸੀਬਲ ਹੀ ਨਹੀਂ ਹੈ ਕਿਸੇ ਸਟੂਡੈਂਟ ਲਈ ਪੋਸੀਬਲ ਨਹੀਂ ਹੈ ਠੀਕ ਹੈ ਨਾ ਚਾਹੇ ਉਹ ਫਰੈਸ਼ਰ ਹੈ ਚਾਹੇ ਉਹ ਆਪਾਂ ਕਹਿੰਦੇ ਕਿ ਬਹੁਤ ਟਾਈਮ ਤੋਂ ਪੜ ਰਿਹਾ ਹੈ ਕਿਸੇ ਲਈ ਵੀ ਪੋਸੀਬਲ ਨਹੀਂ ਕਿ ਉਹ ਨਵੇਂ ਸਿਰੇ ਤੋਂ ਪੀਸੀਐਸ ਦੀ ਤਿਆਰੀ ਕਰ ਸਕਦਾ ਹੈ ਠੀਕ ਹੈ ਜੀ ਸੋ ਜੇ ਆਪਾਂ ਦੇਖੀਏ ਜੇ ਆਪਾਂ ਸਿਲੇਬਸ ਦੀ ਗੱਲ ਕਰੀਏ ਠੀਕ ਹੈ ਨਾ ਹੁਣੀ ਆਪਾਂ ਕਹਿੰਦੇ ਕਿ ਹਾਂ ਜੀ 3 ਮਹੀਨਿਆਂ ਚ ਪੋਸੀਬਲ ਨੀ ਕਿਉਂ ਤਿੰਨ ਮਹੀਨਾਂ ਚ ਪੋਸੀਬਲ ਨਹੀਂ ਆਪਾਂ ਪੇਪਰ ਦੇਖ ਲੈਣੇ ਕਿ ਹਾਂਜੀ ਆਪਾਂ ਇਹਦਾ ਸਿਲੇਬਸ ਕੀ ਕਹਿੰਦਾ ਹੈ ਕਿਉਂ ਆਪਾਂ ਕਹਿੰਦੇ ਕਿ ਹਾਂ ਤਿੰਨ ਮਹੀਨ ਚ ਇਟ ਇਜ਼ ਨਾਟ ਪੋਸੀਬਲ ਜਿੱਦੇ ਲਈ ਆਪਾਂ ਨੂੰ ਤਿਆਰੀ ਹੁਣੀ ਤੋਂ ਸ਼ੁਰੂ ਕਰਨੀ ਹੈ ਠੀਕ ਹੈ ਨਾ ਆਪਾਂ ਸਿਲੇਬਸ ਦੇਖ ਲੈਣੇ ਪੇਪਰ ਦਾ ਠੀਕ ਹੈ ਜੀ ਅਗਰ ਆਪਾਂ ਪ੍ਰੀਲੈਂਸ ਦੀ ਗੱਲ ਕਰੀਏ ਠੀਕ ਹੈ ਜੀ ਸੋ ਪ੍ਰੀਲੈਂਸ ਦੇ ਵਿੱਚ ਅਗਰ ਠੀਕ ਹੈ ਨਾ ਫਾਰ ਦੀ ਨਿਊ ਕਮਰਸ অর ਦੀ ਨਿਊ ਸਟੂਡੈਂਟ ਜਿਹੜੇ ਬਿਗਨਰਸ ਨੇ ਠੀਕ ਉਹਨਾਂ ਲਈ ਦੱਸ ਦੇਣੀ ਆ ਮੈਂ ਜਿਹੜਾ ਆਪਣਾ ਪੀਸੀਐਸ ਦਾ ਪੇਪਰ ਹੈ ਉਹ ਤਿੰਨ ਆਪਣੇ ਤਿੰਨ ਸਟੈਪਸ ਪਰ ਉਹਦੇ ਵਿੱਚ ਦੋ ਪੇਪਰ ਹੁੰਦੇ ਨੇ ਇੱਕ ਪੇਪਰ 1 which is ਜਨਰਲ ਸਟੱਡੀਜ਼ ਐਂਡ ਪੇਪਰ 2 which is ਸੀਸੈਟ ਤੁਹਾਡਾ ਐਪਟੀਟਿਊਡ ਦੇਖਿਆ ਜਾਂਦਾ ਠੀਕ ਹੈ ਜੀ ਸੋ ਜੇ ਆਪਾਂ ਪੇਪਰ 1 ਦੇਖੀਏ ਜਨਰਲ ਸਟੱਡੀਜ਼ ਦਾ ਪੇਪਰ ਦੇਖੀਏ ਪ੍ਰੀਲਿਮਸ ਦੇ ਅੰਡਰ ਸੋ ਪੇਪਰ 1 ਦੇ ਵਿੱਚ ਕੀ ਆਉਂਦਾ ਤੁਹਾਡਾ ਤੁਹਾਡੇ एवरीडे ਸਾਇੰਸ ਠੀਕ ਹੈ ਨਾ ਹਰ ਰੋਜ਼ ਦੀ ਸਾਇੰਸ ਬਾਇਓ ਫਿਜ਼ਿਕਸ కెਮਿਸਟਰੀ ਕੁਐਸਚਨਸ ਪੁੱਛੇ ਜਾਂਦੇ ਨੇ ਠੀਕ ਹੈ ਜੀ এনवायरमेंटਲ ਸਟੱਡੀਜ਼ ਤੁਹਾਡੇ এনवायरमेंट ਤੁਹਾਡਾ ਵਾਤਾਵਰਣ ਕੀ ਉਹਦੇ ਵਿੱਚ ਇਸ਼ੂਜ਼ ਆ ਰਹੇ ਨੇ ਠੀਕ ਹੈ ਨਾ ਕਿਹੜੀਆਂ ਮੀਟਿੰਗਸ ਹੋ ਰਹੀਆਂ ਨੇ ਕਿਹੜੀਆਂ ਕਨਵੈਨਸ਼ਨਸ ਹੋ ਰਹੀਆਂ ਨੇ ਕੀ ਪ੍ਰੋਸੈਸਸੇਸ ਹੋ ਰਹੇ ਨੇ ਸਭ ਕੁਝ ਇਹਦੇ ਵਿੱਚ ਆਉਂਦਾ ਠੀਕ ਹੈ ਜੀ ਪੋਲੀਟੀਕਲ ਥਿਉਰੀ ਐਂਡ ਇੰਟਰਨੈਸ਼ਨਲ ਆਰਡਰਸ ਠੀਕ ਹੈ ਜੀ ਇੰਟਰਨੈਸ਼ਨਲੀ ਕੀ ਆਰਗੇਨਾਈਜੇਸ਼ਨਸ ਕੰਡਕਟ ਹੋ ਰਹੀਆਂ ਨੇ ਇੰਟਰਨੈਸ਼ਨਲ ਲੈਵਲ ਤੇ ਕਿਹੜੇ-ਕਿਹੜੀਆਂ ਮੀਟਿੰਗਸ ਹੋ ਰਹੀਆਂ ਨੇ ਸਮਿਟਸ ਹੋ ਰਹੀਆਂ ਨੇ ਪੋਲੀਟਿਕਸ ਪੋਲੀਟੀਕਲ ਥਿਉਰੀ ਵੀ ਬਹੁਤ ਮੇਨ ਟਾਪਿਕ ਆਉਂਦਾ ਆਪਣੇ ਪ੍ਰੀਲੈਂਸ ਲਈ ਠੀਕ ਹੈ ਉਹਦੇ ਵਿੱਚ ਵੀ ਬਸਿਕ ਕਨਸੈਪਟਸ ਪੁੱਛੇ ਜਾਂਦੇ ਨੇ ਇਕੁਐਲਿਟੀ ਜਸਟ ਚੋ ਠੀਕ ਹੈ ਕਿਵੇਂ ਐਮਪੀ ਬਣਦੇ ਨੇ ਕਿਵੇਂ ਐਮਐਲਏ ਬਣਦੇ ਨੇ ਠੀਕ ਹੈ ਜੀ ਕਿਵੇਂ ਸਰਕਾਰ ਚੱਲਦੀ ਹੈ ਕਿਵੇਂ ਸਰਕਾਰ ਬਣਦੀ ਹੈ ਉਹਦੇ ਬਾਰੇ ਕੁਐਸਚਨਸ ਨੇ ਹਿਸਟਰੀ ਆਫ ਇੰਡੀਆ ਹਾਂਜੀ ਇੰਡਸ ਵੈਲੀ ਤੋਂ ਲੈ ਕੇ ਸਿੰਧੂ ਘਾਟੀ ਤੋਂ ਲੈ ਕੇ 1947 ਤੱਕ ਦੀ ਸਾਰੀ ਹਿਸਟਰੀ ਪੁੱਛੀ ਜਾਂਦੀ ਹੈ ਤੁਹ ਤੋਂ ਠੀਕ ਹੈ ਨਾ ਸੋ ਇੰਨਾ ਐਕਸਟੈਂਸਿਵ ਲੈਵਲ ਤੇ ਹਿਸਟਰੀ ਦੇ ਪੇਪਰ ਦੇ ਵਿੱਚ ਪੇਪਰ ਕੰਡਕਟ ਹੁੰਦਾ ਐਂਡ ਐਨੇ ਲੈਵਲ ਐਂਡ ਐਨੇ ਐਕਸਟੈਂਸਿਵ ਲੈਵਲ ਤੇ ਤੁਹਾਡੇ ਤੋਂ ਕੁਐਸਚਨਸ ਪੁੱਛੇ ਜਾਂਦੇ ਨੇ ਠੀਕ ਹੈ ਜੀ ਫਿਰ ਇੰਡੀਅਨ ਇਕਨੋਮੀ ਠੀਕ ਹੈ ਨਾ ਇੰਡੀਅਨ ਇਕਨੋਮੀ ਬਾਰੇ ਸਭ ਕੁਝ ਡਿਟੇਲਸ ਪੁੱ ਇਹ ਅਨਪਲੋਇਮੈਂਟ ਕੀ ਹੁੰਦੀ ਹੈ ਠੀਕ ਹੈ ਜੀ ਸਰਵਿਸ ਸੈਕਟਰ ਕੀ ਹੁੰਦਾ ਮੈਨੂਫੈਕਚਰਿੰਗ ਕੀ ਹੁੰਦੀ ਹੈ ਐਗਰੀਕਲਚਰ ਦਾ ਕਿੰਨਾ ਸ਼ੇਅਰ ਹੈ ਹੁਣੀ ਠੀਕ ਹੈ ਨਾ ਆਪਣਾ ਯੂ ਨੋ ਬਜਟ ਰਿਲੀਜ਼ ਹੋਇਆ ਸੀਗਾ ਤਾਂ ਇਕਨੋਮਿਕ ਸਰਵੇ ਕੀ ਹੁੰਦਾ ਬਜਟ ਕੀ ਹੁੰਦਾ ਠੀਕ ਹੈ ਨਾ ਬਜਟ ਚ ਕੀ ਕੀਤਾ ਜਾਂਦਾ ਇਕਨੋਮਿਕ ਸਰਵੇ ਚ ਕੀ ਆ ਰਿਹਾ ਹੈ ਇਸ ਸਾਲ ਦਾ ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ 23 24 ਦੇ ਇਕਨੋਮਿਕ ਸਰਵੇ ਨੇ ਕੀ ਪ੍ਰੈਜ਼ੈਂਟ ਕੀਤਾ ਸੋ ਇਹ ਸਭ ਕੁਝ ਆਪਾਂ ਇਕਨੋਮੀ ਚ ਪੜਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਫਿਰ ਜੀਓਗ੍ਰਾਫੀ ਠੀਕ ਹੈ ਨਾ ਹੁਣ ਆਪਣੀ ਇੰਡੀਆ ਦੀ ਜੀਓਗ੍ਰਾਫੀ ਵੀ ਤੇ ਵਰਲ ਕਿੱਥੇ ਕਿਹੜੇ ਸਮੁੰਦਰ ਨੇ ਉਹ ਇਹਦੇ ਸਭ ਪੁੱਛਿਆ ਜਾਊਗਾ ਤੋਤੋਂ देन கரنٹ ਇਵੈਂਟਸ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ கரنٹ ਕੀ ਚੱਲ ਰਿਹਾ ਹੈ ਕੋਈ ਨਿਊਜ਼ ਆ ਰਹੀ ਹੈ ਕੋਈ ਅਵਾਰਡਸ ਹੋ ਰਹੇ ਨੇ ਕੋਈ ਪ੍ਰਾਈਜ਼ਸ ਦਿੱਤੇ ਜਾ ਰਹੇ ਨੇ ਕੋਈ ਨਵੀਂ ਸਟੇਟ ਬਣੀ ਹੈ ਠੀਕ ਹੈ ਜੀ ਕਿਸੇ ਦੀ ਡੈਥ ਹੋਈ ਹੈ ਕੋਈ ਕਿਸ ਨੇ ਕੋਈ ਅਵਾਰਡ ਜਿੱਤੇ ਹੈ ਸੋ ਇਹ ਜਿੰਨੇ ਵੀ கரنٹ ਇਵੈਂਟਸ ਹੋ ਰਹੇ ਨੇ ਹਰ ਰੋਜ਼ ਬੱਚੇ ਤੁਹਾਡੇ ਹਰ ਰੋਜ਼ ਹਰ ਕੋਲ 15-20 கரنٹ ਇਵੈਂਟਸ ਹੁੰਦੇ ਨੇ ਔਨ ਅ ਡੇਲੀ ਬੇਸਿਸ ਠੀਕ ਹੈ ਨਾ ਐਂਡ ਪੀਸੀਸ ਦੀ ਜੇ ਆਪਾਂ ਗੱਲ ਕਰੇ ਤਾਂ ਪੀਸੀਸ ਤਾਂ ਤੁਸੀਂ ਘੱਟੋ-ਘੱਟ 1 ਸਾਲ ਦੇ ਕਰੰਟ ਅਫੇਅਰਸ ਕਰਨੇ ਨੇ ਠੀਕ ਹੈ ਨਾ ਸੋ ਬਹੁਤ ਐਕਸਟੈਂਸ ਪੰਜਾਬ ਹੁਣ ਪੰਜਾਬ ਦਾ ਪੇਪਰ ਹੈ ਪੀਪੀਐਸਸੀ ਲੈ ਰਹੀ ਹੈ ਪੰਜਾਬ ਸਿਵਲ ਸਰਵਿਸਿਜ਼ ਦਾ ਪੇਪਰ ਹੈ ਤਾਂ ਪੰਜਾਬ ਬਾਰੇ ਤਾਂ ਆਪਾਂ ਨੂੰ ਪਤਾ ਹੋਣਾ ਹੀ ਚਾਹੀਦਾ ਹੈ ਸੋ ਪੰਜਾਬ ਦਾ ਸਭ ਕੁਝ ਪੰਜਾਬ ਦੀ ਹਿਸਟਰੀ ਪੰਜਾਬ ਦੀ ਜੀਓਗ੍ਰਾਫੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਇਕਨੋਮੀ ਸੋਸਾਇਟੀ ਕਲਚਰ ਸਭ ਕੁਝ ਪੁੱਛ ਸਕਦੇ ਨੇ ਤੁਹਾਡੇ ਤੋਂ ਪੇਪਰ ਦੇ ਵਿੱਚ ਫਿਰ ਜੇ ਆਪਾਂ ਐਪਟੀਟਿਊਡ ਦੀ ਗੱਲ ਕਰੀਏ ਜੋ ਕਿ ਥੋੜਾ ਪੇਪਰ 2 ਹੁੰਦਾ ਠੀਕ ਹੈ ਤੁਹਾਡੇ ਕੋਲ 2 ਘੰਟੇ ਦੀ ਬ੍ਰੇਕ ਹੁੰਦੀ ਹੈ ਪੇਪਰ 1 ਤੇ ਪੇਪਰ 2 ਦੇ ਵਿੱਚ ਫਿਰ 2 ਘੰਟੇ ਬਾਅਦ ਤੁਹਾਡਾ ਪੇਪਰ 2 ਲਿਆ ਜਾਂਦਾ ਠੀਕ ਹੈ ਜੀ ਸੋ ਪੇਪਰ 2 ਦੇ ਵਿੱਚ ਤੁਹਾਡਾ ਕੰਪਰੀਹੈਂਸ਼ਨ ਇੰਗਲਿਸ਼ ਤੇ ਪੰਜਾਬੀ ਲੈਂਗੁਏਜ ਦੇ ਉੱਪਰ ਤੁਹਾਡੀ ਕਮਾਂਡ ਠੀਕ ਹੈ ਨਾ ਫਿਰ ਐਂਟੋਨਿਮਸ ਸਿਨੋਨਿਮਸ ਗ੍ਰਾਮਰ ਪੁੱਛੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਚ ਲੌਜੀਕਲ ਰੀਜ਼ਨਿੰਗ ਠੀਕ ਹੈ ਨਾ ਤੁਹਾਡੀ ਮੈਥਸ ਤੁਹਾਡੀ ਬੇਸਿਕ ਰੀਜ਼ਨਿੰਗ ਠੀਕ ਹੈ ਨਾ ਡਾਟਾ ਅਨਾਲਿਸਿਸ ਠੀਕ ਹੈ ਨਾ ਗ੍ਰਾਫਿਕ ਰਿਪਰੈਜ਼ੈਂਟੇਸ਼ਨ ਜੋ ਵੀ ਆਪਾਂ 10th ਤੱਕਰ ਮੈਥਸ ਪੜ੍ਹਦੇ ਆ ਆਪਣੀ ਸਕੂਲਾਂ ਦੇ ਵਿੱਚ ਉਹ ਤੁਹਾਡਾ ਪੇਪਰ ਲਿਆ ਜਾਂਦਾ ਹੈ ਹੁਣ ਕਹਿਣ ਦੀ ਗੱਲ ਹੈ ਕਿ 10th ਤੱਕਰ ਦਾ ਸਿਲੇਬਸ ਹੁੰਦਾ ਹੈ ਬਟ ਜੇ ਤੁਸੀਂ ਪ੍ਰੀਵੀਅਸ ਈਅਰ ਪੇਪਰ ਦੇਖੋ ਨਾ ਸੋ ਸਿਰਫ 10th ਤੱਕਰ ਨਹੀਂ ਹੁੰਦਾ ਉਹਦਾ ਲੈਵਲ ਬਹੁਤ ਅੱਗੇ ਤੱਕਰ ਵੱਧ ਚੁੱਕਿਆ ਹੈ ਸੋ ਜੇ ਆਪਾਂ ਪ੍ਰੀਲਮਸ ਦੀ ਗੱਲ ਕਰੀਏ ਤਾਂ ਪੇਪਰ ਬਹੁਤ ਐਕਸਟੈਂਸਿਵ ਹੁੰਦਾ ਸੋ ਕੱਲਾ ਪ੍ਰੀਲਮਸ ਕੱਢਣ ਲਈ ਵੀ ਤੁਹਾਡੇ ਕੋਲ 3 ਮਹੀਨੇ ਬਹੁਤ ਘੱਟ ਨੇ ਘੱਟੋ ਘੱਟ ਠੀਕ ਹੈ ਨਾ ਜੇ ਮੈਂ ਜ਼ਿਆਦਾ ਨਾ ਕਹਾਂ ਘੱਟੋ ਘੱਟ ਤੁਹਾਨੂੰ 6 ਤੋਂ 7 ਮਹੀਨੇ ਦੀ ਤਿਆਰੀ ਚਾਹੀਦੀ ਹੈ ਜੇ ਆਪਾਂ ਪ੍ਰੀਲਮਸ ਕਲੀਅਰ ਕਰਨਾ ਹੈ ਸਿਰਫ ਇੱਥੇ ਮੇਨਸ ਤਾਂ ਕਿਤੇ ਆ ਹੀ ਨਹੀਂ ਰਿਹਾ ਇਹ ਤਾਂ ਸਿਰਫ ਆਪਾਂ ਪ੍ਰੀਲਿਮਸ ਦੀ ਗੱਲ ਕਰ ਰਹੇ ਹਾਂ ਕਿ ਹਾਂਜੀ ਤੁਸੀਂ ਸਿਰਫ ਫੈਕਟਸ ਲਰਨ ਕਰਨੇ ਨੇ ਸੋ ਘੱਟੋ ਘੱਟ ਤੁਹਾਨੂੰ 6 ਤੋਂ 7 ਮਹੀਨੇ ਚਾਹੀਦੇ ਨੇ ਕਿਉਂਕਿ ਹਰ ਸਬਜੈਕਟ ਨੂੰ ਜਿਹੜਾ ਨਿਊ ਕਮਰ ਹੈ ਇੱਕ ਸਬਜੈਕਟ ਨੂੰ ਉਹਨੂੰ ਘੱਟੋ ਘੱਟ ਇੱਕ ਮਹੀਨਾ ਤਾਂ ਲੱਗੂਗਾ ਠੀਕ ਹੈ ਨਾ ਸੋ ਇੰਪੋਰਟੈਂਟ ਟਾਪਿਕਸ ਨੇ ਤੁਹਾਡੇ ਹਿਸਟਰੀ ਪੋਲੀਟੀ ਜੀਓਗ੍ਰਾਫੀ ਇਕਨੋਮੀ ਸਾਇੰਸ ਕਰੰਟ ਸੋ 6-7 ਮਹੀਨੇ ਤਾਂ ਤੁਹਾਨੂੰ ਸਿਰਫ ਪ੍ਰੀਲਿਮਸ ਲਈ ਚਾਹੀਦੇ ਨੇ ਸੋ ਇਜ਼ ਇਟ ਪੋਸੀਬਲ ਟੂ ਪ੍ਰਪੇਅਰ ਵਿਥਿਨ 3 ਮੰਥਸ ਨਾਟ ਐਟ ਆਲ ਸੋ 6 ਟੂ 7 ਮੰਥਸ ਚਾਹੀਦੇ ਹੀ ਨੇ ਠੀ ਕਰ ਲਿਆ ਠੀਕ ਹੈ ਨਾ ਜੀ ਸੋ ਇਸ ਤੋਂ ਪਹਿਲਾਂ ਪੇਪਰ ਸਭ ਤੋਂ ਪਹਿਲਾਂ ਲਾਈਕ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ 2013 ਚ ਪੇਪਰ ਹੋਇਆ ਸੀਗਾ ਠੀਕ ਹੈ ਜੀ 2013 ਦੇ ਪੇਪਰ ਦੇ ਵਿੱਚ ਠੀਕ ਹੈ ਉਸ ਵੇਲੇ 120 ਵੈਕੈਂਸੀਸ ਗਵਰਨਮੈਂਟ ਨੇ ਕੱਢੀਆਂ ਸੀਗੀਆਂ ਐਂਡ ਪੇਪਰ ਦਿੱਤਾ ਸੀਗਾ 95000 ਬੱਚਿਆਂ ਨੇ ਠੀਕ ਹੈ ਜੀ 2015 ਦੇ ਵਿੱਚ ਫਿਰ ਪੇਪਰ ਲਿਆ ਗਿਆ ਉਹਦੇ ਵਿੱਚ 100 ਵੈਕੈਂਸੀਸ ਸੀਗੀਆਂ ਠੀਕ ਹੈ ਨਾ ਉਦੋਂ ਦਿੱਤਾ ਗਿਆ ਸੀ 64000 ਬੱਚਿਆਂ ਨੇ ਪੇਪਰ ਦਿੱਤਾ ਸੀਗਾ ਇਹ ਅਪਰੋਕਸੀਮੇਟ ਫਿਗਰਸ ਨੇ ਨਿਊਜ਼ਪੇਪਰਸ ਦੇ ਵਿੱਚੋਂ ਜੋ ਲਿਆਂ ਜਾਂਦੀਆਂ ਨੇ ਠੀਕ ਹੈ ਜੀ 201 ਉਦੋਂ ਪੇਪਰ ਦਿੱਤਾ ਸੀਗਾ 32000 ਸਟੂਡੈਂਟਸ ਨੇ ਠੀਕ ਹੈ ਜੀ 72 ਸੀਟਾਂ ਲਈ 32000 ਕੈਂਡੀਡੇਟਸ ਨੇ ਅਪੀਅਰ ਹੋਏ ਸੀਗੇ ਉਹ ਪੇਪਰ ਦੇਣ ਲਈ ਠੀਕ ਹੈ ਜੀ ਐਂਡ 2021 ਦੇ ਵਿੱਚ ਜਿਹੜਾ ਕਿ ਹੁਣੀ ਵੈਰੀ ਰੀਸੈਂਟਲੀ ਹੋ ਕੇ ਹਟਿਆ ਠੀਕ ਹੈ ਜੀ 2020 ਦੇ ਵਿੱਚ ਨੋਟੀਫਿਕੇਸ਼ਨ ਆਈ ਸੀ ਐਂਡ ਫਰਵਰੀ 2021 ਚ ਦਾ ਪ੍ਰੀਲਮਸ ਹੋਇਆ ਸੀਗਾ ਸੋ ਉਦੋਂ ਸੀਗੇ ਸੀਟਸ 75 ਸੀਟਾਂ ਸੀਗੀਆਂ ਐਂਡ ਪੇਪਰ ਦਿੱਤਾ ਸੀ 49000 ਸਟੂਡੈਂਟਸ ਨੇ ਸੋ ਆਪਾਂ ਦੇਖ ਸਕਦੇ ਆ ਕਿ ਸੀਟਾਂ ਕਿੰਨੀਆਂ ਨੇ ਤੇ ਕੰਪੀਟੀਸ਼ਨ ਕਿੰਨਾ ਹੈ ਸੋ ਬਹੁਤ ਜ਼ਰੂਰੀ ਹੈ ਕਿ ਆਪਾਂ ਹੁਣੀ ਤੋਂ ਆਪਣੀ ਤਿਆਰੀ ਸ਼ੁਰੂ ਕਰ ਕੋਸ ਜੇ ਆਪਾਂ ਨੋਟੀਫਿਕੇਸ਼ਨ ਦੀ ਵੇਟ ਕਰਦੇ ਰਹਾਂਗੇ ਨਾ ਕਿ ਹਾਂਜੀ ਜਦੋਂ ਨੋਟੀਫਿਕੇਸ਼ਨ ਆਊਗੀ ਆਪਾਂ ਉਹਦੀ ਪੜਾਂਗੇ ਬਿਕੋਜ਼ ਪੀਸੀਐਸ ਦਾ ਤਾਂ ਪਤਾ ਨਹੀਂ ਕਦੋਂ ਆਊਗਾ ਕਦੋਂ ਨਹੀਂ ਆਊਗਾ ਹਾਂ ਇਹ ਕਿਸੇ ਨੂੰ ਨਹੀਂ ਪਤਾ ਕਿ ਪੀਸੀਐਸ ਕਦੋਂ ਆਊਗਾ ਬਟ ਲੌਜੀਕਲੀ ਦੇਖੋ ਬੱਚੇ ਸਟੇਟ ਨੇ ਆਪਣੀ ਐਡਮਿਨਿਸਟ੍ਰੇਸ਼ਨ ਚਲਾਉਣੀ ਹੈ ਸਟੇਟ ਨੂੰ ਪੀਸੀਐਸ ਆਫੀਸਰਸ ਚਾਹੀਦੇ ਨੇ ਸੋ ਰਿਕਰੂਟਮੈਂਟ ਤਾਂ ਹੋਊਗੀ ਠੀਕ ਹੈ ਨਾ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਰਿਕਰੂਟਮੈਂਟ ਹੋਣੀ ਹੈ ਐਂਡ ਕਿਉਂਕਿ ਤਿੰਨ ਸਾਲ ਹੋ ਚੁੱਕੇ ਨੇ ਇੰਨਾ ਗੈਪ ਤਾਂ ਹੁਣ ਤੱਕ ਆਪਾਂ ਦੇਖਿਆ ਕਿਸੇ ਵੀ ਪੇਪਰ ਦੇ ਵਿੱਚ ਨਹੀਂ ਪਿਆ ਹੈਗਾ 18 ਤੋਂ ਬਾਅਦ 21 ਚ ਪੇਪਰ ਲਿਆ ਗਿਆ ਸੋ 3 ਸਾਲ ਆਪਾਂ ਦੇਖ ਰਹੇ ਹਾਂ ਕਿ ਕਾਮਨ ਦੋ ਤੋਂ 3 ਸਾਲ ਦਾ ਐਵਰੇਜ ਉਹਨਾਂ ਦਾ ਇੱਕ ਗੈਪ ਆਉਂਦਾ ਸੋ ਹੁਣ ਵੀ 3 ਸਾਲ ਹੋ ਚੁੱਕੇ ਨੇ ਸੋ ਯੂ ਹੈਵ ਟੂ ਬੀ ਪ੍ਰਿਪੇਅਰਡ ਕਿ ਇਸ ਸਾਲ ਨੋਟੀਫਿਕੇਸ਼ਨ ਆਏਗੀ ਹੀ ਆਏਗੀ ਠੀਕ ਹੈ ਨਾ ਸੋ ਉਹਦੇ ਲਈ ਜ਼ਰੂਰੀ ਹੈ ਕਿ ਆਪਾਂ ਹੁਣੇ ਤੋਂ ਅੱਜ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਦਈਏ ਠੀਕ ਹੈ ਜੀ ਸੋ ਅੱਜ ਦੇ ਅੱਜ ਦੇ ਲਈ ਬਸ ਇੰਨਾ ਹੀ ਆਪਾਂ ਅੱਗੇ ਫੇਰ ਮਿਲਾਂਗੇ ਜਿਦੇ ਵਿੱਚ ਆਪਾਂ 50 ਪੀਸਸ ਦੀ ਤਿਆਰੀ ਆਪਾਂ ਕਰਨੀ ਕਿਵੇਂ ਹੈ ਠੀਕ ਹੈ ਨਾ ਉਹਦਾ ਵਿੱਚ ਕੀ ਸਟਰਕਚਰ ਹੋਣਾ ਚਾਹੀਦਾ ਹੈ ਕੀ ਮੋਡਿਊਲ ਹੈ ਠੀਕ ਹੈ ਜੀ ਤੁਸੀਂ ਕਿਦਾਂ ਇਨੀਸ਼ੀਏਟਿਵ ਲੈਣੇ ਨੇ ਤੁਹਾਡਾ ਕੀ ਪੂਰਾ ਫਰੇਮਵਰਕ ਕੀ ਹੋਣਾ ਚਾਹੀਦਾ ਤੁਹਾਡੇ ਪੇਪਰ ਦੀ ਤਿਆਰੀ ਲਈ ਉਹਦੇ ਵਿੱਚ ਆਪਾਂ ਡਿਟੇਲਸ ਉਦੋਂ ਡਿਸਕਸ ਕਰਾਂਗੇ ਅੱਜ ਦੀ ਕਲਾਸ ਲਈ ਬਸ ਇੰਨਾ ਹੀ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਸੈਸ਼ਨ ਇੰਪੋਰਟੈਂਟ ਲੱਗਿਆ ਹੋਣਾ ਠੀਕ ਹੈ ਜੀ ਸੋ ਅਗਲੀ ਕਲਾਸ ਫੇਰ ਮਿਲਾਂਗੇ ਟਿਲ ਦੇਅ ਥੈਂਕ ਯੂ ਐਂਡ ਸ